ਹੈਲੋ ਸਟੂਡੈਂਟਸ ਅੱਜ ਆਪਾਂ ਕਰਨ ਜਾ ਰਹੇ ਆਂ ਇਸ ਵਾਰ ਸੈਪਟੈਂਬਰ ਐਗਜ਼ਾਮਸ ਦਾ ਸਾਇੰਸ ਦਾ ਪੇਪਰ ਸੋਲਵ ਸੋ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਭਾਗ ੳ 1 ਨੰਬਰ ਵਾਲੇ ਪ੍ਰਸ਼ਨ ਇਹ ਪਹਿਲਾ ਪ੍ਰਸ਼ਨ ਬਹੁ ਵਿਕਲਪਿਕ ਪ੍ਰਸ਼ਨ RAM ਨੇ ਇੱਕ ਗਤੀਵਿਧੀ ਅਧੀਨ ਦੇਖਿਆ ਕਿ ਜਦੋਂ ਬੀਜਾਂ ਨੂੰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਕੁਝ ਬੀਜ ਪਾਣੀ ਦੀ ਸਤ੍ਹਾ ਤੇ ਤਿਆਰਨ ਲੱਗਦੇ ਹਨ ਇਹ ਕਿਹੜੇ ਬੀਜ ਹੁੰਦੇ ਹਨ অপਸ਼ਨਸ ਦੇ ਵਿੱਚੋਂ ਚਾਰੋਂ অপਸ਼ਨਸ ਪੜ੍ਹ ਕੇ ਦੇਖੋ ਤੰਦਰੁਸਤ ਖਰਾਬ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਸਹੀ ਆਨਸਰ ਹੈ ਖਰਾਬ ਬੀਜ ਸੈਕਿੰਡ ਕੁਐਸਚਨ ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੂਆ ਦਾ ਵਾਹਕ ਹੈ ਹਾਂਜੀ ਬੇਟਾ ਚਾਰ অপਸ਼ਨਸ ਮਾਦਾ ਐਨੋਫਲੀਸ ਕੋਕਰੋਚ ਕ੍ਰੇਲੂ ਮੱਖੀ ਜਾਂ ਤਿਤਲੀ ਸੋ ਸਹੀ ਆਨਸਰ ਹੈ ਮਾਦਾ ਐਨੋਫੀਲਿਸ ਮੱਛਰ ਤੀਸਰਾ ਕੁਐਸਚਨ ਬ੍ਰੈਡ ਜਾਂ ਇਡਲੀ ਦੇ ਗੁੰਨ ਕੇ ਰੱਖੇ ਆਟੇ ਦੇ ਫੁੱਲਣ ਦਾ ਕਾਰਨ ਕੀ ਹੈ ਹਾਂਜੀ ਚਾਰ ਆਪਸ਼ਨਸ ਨੇ ਇਹਦੇ ਵੀ ਬਟਾ ਤਾਪ ਪੀਸਣ ਕਰਕੇ ਖਮੀਰ ਸੈਲਾਂ ਦਾ ਵਾਧਾ ਜਾਂ ਗੁੰਨਣ ਕਰਕੇ ਸੋ ਇਹਦਾ ਆਪਸ਼ਨ ਏਡੀ ਸਹੀ ਹੈ ਖਮੀਰ ਸੈਲਾਂ ਦਾ ਵਾਧਾ ਨੈਕਸਟ ਕੁਐਸਚਨ ਬਟਾ ਾਂਚਲ ਅਤੇ ਸੁਮਨ ਆਪਣੇ ਅਧਿਆਪਕ ਨਾਲ ਹਰੀਕੇ ਪੱਤਨ ਵਿਖੇ ਘੁੰਮਣ ਗਏ ਅਤੇ ਉਹਨਾਂ ਨੇ ਉਸ ਸਥਾਨ ਵਿਖੇ ਸਫੇਦ ਰੰਗ ਦੇ ਬਗਲੇ ਵਰਗੇ ਪੰਛੀ ਵੇਖੇ ਜਿਸ ਤੇ ਾਂਚਲ ਨੇ ਆਪਣੇ ਅਧਿਆਪਕ ਤੋਂ ਇਹਨਾਂ ਪੰਛੀਆਂ ਬਾਰੇ ਪੁੱਛਿਆ ਤਾਂ ਅਧਿਆਪਕ ਨੇ ਉਹਨਾਂ ਪੰਛੀਆਂ ਬਾਰੇ ਕੀ ਦੱਸਿਆ ਹੋਵੇਗਾ ਕਿਹੜੇ ਪੰਛੀ ਹੋਣਗੇ ਉਹ ਬੇਟਾ ਸਥਾਨਕ ਪੰਛੀ ਪ੍ਰਵਾਸੀ ਪੰਛੀ ਖਤਰੇ ਦੀ ਘਾਟ ਤੇ ਪੰਛੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਯੈਸ ਬੇਟਾ ਪ੍ਰਵਾਸੀ ਪੰਛੀ ਯੈਸ ਨੈਕਸਟ ਕੁਐਸ਼ਨ ਨਵੀਨ ਆਪਣੇ ਮਾਤਾ ਪਿਤਾ ਨਾਲ ਸਾਇੰਸ ਸਿਟੀ ਘੁੰਮਣ ਗਿਆ ਉੱਥੇ ਉਸਨੇ ਬਾਗ ਦਾ ਢਾਂਚਾ ਵੇਖਿਆ ਉਸਨੇ ਆਪਣੇ ਮਾਤਾ ਪਿਤਾ ਜੀ ਨੂੰ ਪੁੱਛਿਆ ਇਹ ਕਿਸ ਪ੍ਰਕਾਰ ਦੀ ਪ੍ਰਜਾਤੀ ਦਾ ਜੀਵ ਹੈ ਉਸਦੇ ਪਿਤਾ ਨੇ ਦੱਸਿਆ ਚਾਰ ਆਪਸ਼ਨਸ ਨੇ ਬੇਟਾ ਸੰਕਟਕਾਲੀਨ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਸਥਾਨਕ ਪ੍ਰਜਾਤੀਆਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਸਹੀ ਆਨਸਰ ਹੈ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ 6th question ਨਵੀਨ ਅਤੇ ਪ੍ਰਵੀਨ ਦੋਨੋਂ ਬਗੀਚੇ ਵਿੱਚ ਖੇਡ ਰਹੇ ਸਨ ਉਹਨਾਂ ਨੇ ਵੇਖਿਆ ਕਿ ਸਾਰੇ ਪੌਦਿਆਂ ਦੇ ਪੱਤੇ ਹਰੇ ਰੰਗ ਦੇ ਹਨ ਪੌਦਿਆਂ ਦੇ ਪੱਤਿਆਂ ਦਾ ਰੰਗ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੇ ਕਾਰਨ ਹੈ ਚਾਰ ਆਪਸ਼ਨ ਬਿਟੇ ਕਲੋਰੋਫਿਲ ਸੈਲ ਪਿੱਤੀ ਕਾਰਨ ਗਲੂਕੋਜ਼ ਕਾਰਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਇਹਦਾ ਆਨਸਰ ਹੋਏਗਾ ਕਲੋਰੋਫਿਲ ਦੇ ਕਾਰਨ ਕਿਉਂਕਿ ਆਪਾਂ ਇਹ ਛੋਟੀਆਂ ਕਲਾਸਿਸ ਦੇ ਵਿੱਚ ਵੀ ਪੜ ਚੁੱਕੇ ਹਾਂ 6th 7th ਵਿੱਚ ਨੈਕਸਟ ਕੁਐਸਚਨ ਬੇਟਾ ਅੰਦਰੂਨੀ ਨਿਸ਼ੇਚਨ ਹੁੰਦਾ ਹੈ অপਸ਼ਨ ਮਾਦਾ ਸਰੀਰ ਦੇ ਅੰਦਰ ਮਾਦਾ ਦੇ ਸਰੀਰ ਤੋਂ ਬਾਹਰ ਨਰ ਦੇ ਸਰੀਰ ਦੇ ਅੰਦਰ ਜਾਂ ਨਰ ਦੇ ਸਰੀਰ ਤੋਂ ਬਾਹਰ ਸੋ ਇਹਦਾ ਸਹੀ ਆਨਸਰ ਹੈ ਅੰਦਰੂਨੀ ਨਿਸ਼ੇਚਨ ਨਾਮ ਤੋਂ ਹੀ ਪਤਾ ਲੱਗਦਾ ਬੇਟਾ ਨਿਸ਼ੇਚਨ ਮਾਦਾ ਸਰੀਰ ਦੇ ਅੰਦਰ ਹੁੰਦਾ ਹੈ ਨੈਕਸਟ ਕੁਐਸਚਨ ਹੈ ਬੇਟਾ ਇੱਕ ਟੈਡਪੋਲ ਯਾਨੀ ਡੱਡੂ ਦਾ ਲਾਰਵਾ ਜਿਹੜਾ ਹੈ ਉਹ ਪ੍ਰਕਿਰਿਆ ਦੁਆਰਾ ਪ੍ਰੌਡ ਵਿੱਚ ਵਿਕਸਿਤ ਹੁੰਦਾ ਹੈ ਉਦੇ ਨਾਮ ਪਟਿਕ ਕਰਨਾ ਹੈ অপশন ਦਿੱਤੇ ਹੋਏ ਨੇ નિषेचन ਕਾਇਆ ਪਰਿਵਰਤਨ ਠਹਿਰਨਾ ਜਾਂ ਬਡਿੰਗ ਸੋ ਇਹਦਾ ਸਹੀ ਆਨਸਰ ਕੀ ਹੋਏਗਾ ਬਟੇ ਯਸ ਕਾਇਆ ਪਰਿਵਰਤਨ ਹਾਂਜੀ ਉਸ ਤੋਂ ਬਾਅਦ ਆ ਗਿਆ ਖਾਲੀ ਥਾਵਾਂ ਪਰ ਉਹ ਬੱਚੇ ਖਾਲੀ ਥਾਵਾਂ ਬਹੁਤ ਆਸਾਨ ਆਈਆਂ ਹੋਈਆਂ ਨੇ ਦੇਖੋ ਫਰਸਟ অপਸ਼ਨ ਆਪਣੀ ਫਾਸਫੋਰਸ ਇੱਕ ਡੈਸ਼ ਅਤਾਤ ਹੈ ਜਿੱਦਾਂ ਸਾਨੂੰ ਪਤਾ ਹੀ ਹੈ ਫਾਸਫੋਰਸ ਇੱਕ ਕਿਰਿਆਸ਼ੀਲ ਅਤਾਤ ਹੈ ਹਾਂਜੀ ਬੇਟੇ ਸੈਕਿੰਡ ਹੈਗਾ ਹੈ ਤਾਪਾਂ ਡੈਸ਼ ਅਤੇ ਡੈਸ਼ ਦੀਆਂ ਸੁਚਾਲਕ ਹੁੰਦੀਆਂ ਹਨ ਕੀ ਆਏਗਾ ਇੱਥੇ ਹਾਂਜੀ ਤਾਪ ਅਤੇ ਬਿਜਲੀ ਤਾਪ ਤੇ ਕਮਾ ਅਤੇ ਲਿਖਿਆ ਹੋਇਆ ਹੈ ਤੁਸੀਂ ਦੇਣਾ ਬਿਜਲੀ ਤੀਸਰਾ ਹੈਗਾ ਹੈ ਆਇਰਨ ਕਾਪਰ ਨਾਲੋਂ ਡੈਸ਼ ਕਿਰਿਆਸ਼ੀਲ ਹੈ ਆਇਰਨ ਤੁਹਾਨੂੰ ਪਤਾ ਹੀ ਹੈ ਬੇਟਾ ਵੱਧ ਹੁੰਦਾ ਹੈ ਤੇ ਤੀਜੇ ਵਿੱਚ ਆਪਾਂ ਲਿਖਣਾ ਹੈ ਵੱਧ ਤਾ ਤਾਂ ਤੇਜਾਬ ਨਾਲ ਕਿਰਿਆ ਕਰਕੇ ਡੈਸ਼ ਗੈਸ ਪੈਦਾ ਕਰਦੀਆਂ ਹਨ ਹਾਂਜੀ ਕਿਹੜੀ ਗੈਸ ਪੈਦਾ ਕਰਦੀਆਂ ਬਟੇ ਹਾਈਡਰੋਜਨ ਚੌਥਾ ਹੈ ਬਟੇ ਸੰਸ਼ਲਿਸ਼ਤ ਰੇਸ਼ੇ ਡੈਸ਼ ਅਤੇ ਡੈਸ਼ ਰੇਸ਼ੇ ਵੀ ਅਖਵਾਉਂਦੇ ਹਨ ਸੰਸ਼ਲਿਸ਼ਟ ਰੇਸ਼ੇ ਡੈਸ਼ ਅਤੇ ਡੈਸ਼ ਰੇਸ਼ੇ ਵੀ اخਵਾਉਂਦੇ ਹਨ ਹਾਂਜੀ ਇੱਥੇ ਲਿਖਾਂਗੇ ਮਾਨਵ ਨਿਰਮਿਤ ਜਾਂ ਆਰਟੀਫੀਸ਼ੀਅਲ ਮਾਨਵ ਨਿਰਮਿਤ ਜਾਂ ਆਰਟੀਫੀਸ਼ੀਅਲ ਅਗਲਾ ਕੁਐਸਚਨ ਹੈ ਬੇਟੇ ਅਗਲਾ ਫਿਲਪ ਸੰਸ਼ਲਿਸ਼ਟ ਰੇਸ਼ੇ ਕੱਚੇ ਮਾਲ ਤੋਂ ਸੰਸ਼ਲਿਸ਼ਟ ਕੀਤੇ ਜਾਂਦੇ ਹਨ ਜੋ ਡੈਸ਼ اخਵਾਉਂਦੇ ਹਨ ਹਾਂਜੀ ਇਹਦਾ ਸਹੀ ਆਨਸਰ ਹੈ ਪੈਟਰੋ케ਮਿਕल्स ਜਾਂ ਪੈਟਰੋ ਰਸਾਇਣ ਸੰਸਲੇਸ਼ਟ ਰੇਸ਼ੇ ਡੈ ਵਾਂਗ ਡੈਸ਼ ਵੀ ਇੱਕ ਬਹੁਲਕ ਹੈ ਕੀ ਹੋਏਗਾ ਦਾ ਆਨਸਰ ਪਲਾਸਟਿਕ ਬਿਜਲੀ ਚਾਲਨ ਕਰਨ ਵਾਲੇ ਵਧੇਰੇ ਦਰਵ ਆਪਾਂ ਲਿਖ ਸਕਦੇ ਹਾਂ ਤੇਜ਼ਾਬ ਖਾਰ ਅਤੇ ਲੂਣ ਦੇ ਕੋਲ ਹੁੰਦੇ ਹਨ ਅਗਲਾ ਖਾਲੀ ਥਾਂ ਬੱਚੇ ਕਿਸੇ ਕੋਲ ਵਿੱਚੋਂ ਬਿਜਲੀ ਧਾਰਾ ਲੰਘਣ ਤੇ ਡੈਸ਼ ਪੈਦਾ ਪੈਂਦਾ ਹੈ ਹਾਂਜੀ ਕੀ ਪੈਂਦਾ ਹੈ ਬਟੇ ਕਿਸੇ ਕੋਲ ਵਿੱਚੋਂ ਬਿਜਲੀ ਧਾਰਾ ਲੰਘਣ ਤੇ ਕਰੰਟ ਪੈਂਦਾ ਹੈ ਅਗਲਾ ਕੁਐਸਚਨ ਹੈ ਬਟੇ ਜੇ ਕਾਪਰ ਸਲਫੇਟ ਦੇ ਕੋਲ ਵਿੱਚੋਂ ਬਿਜਲੀ ਧਾਰਾ ਲੰਗਾਈ ਜਾਵੇ ਤਾਂ ਕਾਪਰ ਬੈਟਰੀ ਦੇ ਡੈਸ਼ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ ਹਾਂਜੀ ਕੀ ਹੋਏਗਾ ਇਹਦਾ ਅਨਸਰ ਜੇ ਕਾਪਰ ਸਲਫੇਟ ਦੇ ਕੋਲ ਵਿੱਚੋ ਬਿਜਲੀ ਤਾਰਾਂ ਲੰਗਾਨੇ ਆ ਬੇਟੇ ਤਾਂ ਕਾਪਰ ਆਇਨਸ ਜਿਹੜੇ ਹੈ ਪੋਜ਼ਿਟਿਵ ਚਾਰਜ ਧਨ ਚਾਰਜ ਹੁੰਦੇ ਨੇ ਸੋ ਉਹ ਬੈਟਰੀ ਦੇ ਕਿਹੜੇ ਟਰਮੀਨਲ ਤੇ ਰਿਣ ਟਰਮੀਨਲ ਤੇ ਰਿਣ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ ਖੂਹ ਵਿੱਚੋਂ ਪਾਣੀ ਕੱਢਣ ਸਮੇ ਰੱਸੀ ਨੂੰ ਡੈਸ਼ ਪੈਂਦਾ ਹੈ ਕੀ ਕਰਨਾ ਪੈਂਦਾ ਹੈ ਬੇਟੇ ਖਿੱਚਣਾ ਪੈਂਦਾ ਹੈ ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਡੈਸ਼ ਹੈ ਹਮੇਸ਼ਾ ਇੱਕ ਚਾਰਜਿਤ ਵਸਤੂ ਬਟੇ ਅਣਚਾਰਜਿਤ ਵਸਤੂ ਨੂੰ ਆਕਰਸ਼ਿਤ ਕਰਦੀ ਹੈ ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਦੇ ਲਈ ਸਾਨੂੰ ਉਸ ਨੂੰ ਡੈਸ਼ ਪੈਂਦਾ ਹੈ ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਲਈ ਉਸ ਨੂੰ ੱਕਣਾ ਪੈਂਦਾ ਹੈ ਕਿਸੇ ਚੁੰਬਕ ਦਾ ਉਤਰੀ ਧਰਵ ਦੂਜੇ ਚੁੰਬਕ ਦੇ ਉਤਰੀ ਧਰਵ ਨੂੰ ਡੈਸ਼ ਹੈ ੱਕਦਾ ਹੈ ਇਸ ਤੋਂ ਬਾਅਦ ਆ ਜਾਂਦੇ ਨੇ ਬੱਚੇ ਸਹੀ ਗਲਤ ਪਹਿਲਾ ਹੈ ਧਰੂਵ ਤਾਰਾ ਸੂਰਜੀ ਪਰਿਵਾਰ ਦਾ ਮੈਂਬਰ ਹੈ ਇਹ ਗਲਤ ਹੈ ਬਟੇ ਆਪਾਂ ਇਹਦਾ ਲਿਖਣਾ ਹੈ ਫਾਲਸ ਜਾਂ ਗਲਤ ਬੁੱਧ ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਹੈ ਹਾਂਜੀ ਇਹ ਬਿਲਕੁਲ ਠੀਕ ਹੈ ਟਰੂ ਲਿਖਾਂਗੇ ਯੂਰੇਨਸ ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਵਾਲਾ ਗ੍ਰਹਿ ਹੈ ਨਹੀਂ ਬਟਾ ਇਹ ਗਲਤ ਸਟੇਟਮੈਂਟ ਹੈ ਕਿਉਂਕਿ ਯੂਰੇਨਸ ਤੋਂ ਬਾਅਦ ਨੈਪਚੂਨ ਵੀ ਹੈ ਇਨਸੈਟ ਇੱਕ ਬਨਾਵਟੀ ਉਪਗ੍ਰਹਿ ਹੈ हां जी बेटा ये बिल्कुल सही है इंसर्टिक बनावटी उपग्रह है एक इद्दाना उपग्रह बेटा जियो स्टेशनरी उप ਸਾਡੇ ਸੂਰਜੀ ਪਰਿਵਾਰ ਦੇ ਨੌ ਗ੍ਰਹਿ ਹਨ ਨਹੀਂ ਬੇਟਾ ਅਸੀਂ ਸੂਰਜੀ ਪਰਿਵਾਰ ਦੇ ਹੁਣ ਕਿੰਨੇ ਗ੍ਰਹਿ ਪੜਦੇ ਹਾਂ ਅੱਠ ਗ੍ਰਹਿ ਪੜਦੇ ਹਾਂ ਉਰਯਾਨ ਤਾਰਾ ਮੰਡਲ ਸਿਰਫ ਦੂਰਬੀ ਨਾਲ ਵੇਖਿਆ ਜਾ ਸਕਦਾ ਹੈ ਨਹੀਂ ਇਹ ਵੀ ਗਲਤ ਹੈ ਸੋਡੀਅਮ ਬਹੁਤ ਕਿਰਿਆਸ਼ੀਲ ਤਾਤ ਹੈ हां जी ਇਹ ਬਿਲਕੁਲ ਸਹੀ ਆਨਸਰ ਹੈ ਸੋ ਆਪਾਂ ਇਹਨੂੰ ਟru ਲਿਖਾਂਗੇ ਕਿ ਸੋਡੀਅਮ ਇੱਕ ਕਿਰਿਆਸ਼ੀਲ ਤਾਤ ਹੈ ਅਗਲਾ ਕੁਐਸਚਨ ਬੇਟਾ ਮਿਲਾਨ ਕਰੋ ਮਿਲਾਨ ਕਰੋ ਆਸਾਨ ਵਾਲਾ ਆਇਆ ਹੋਇਆ ਇਸ ਵਾਰ ਕਲਾਸ ਦੇ ਵਿੱਚ ਸਾਰੇ ਅਟੈਂਪਟ ਤੁਸੀਂ ਕੀਤੇ ਹੋਣੇ ਆ ਸੁਣੇ ਹੋਣੇ ਆ ਸੋਨਾ ਇਹਦਾ ਦੇਖੋ ਆਪਸ਼ਨਸ ਦੇ ਵਿੱਚ ਕਿਹੜੇ ਨਾਲ ਮਿਲਾਵਾਂਗੇ ਆਪਾਂ ਸੋਨਾ ਆਪਾਂ ਕਾਦੇ ਲਈ ਵਰਤਦੇ ਆ ਬੱਚੇ ਗਹਿਣੇ ਬਣਾਉਣ ਲਈ ਸੋ ਗਹਿਣਿਆਂ ਤੇ ਅੱਗੇ ਆਪਾਂ 1 ਨੰਬਰ ਪਾ ਦਿੱਤਾ ਐਲੂਮੀਨੀਅਮ ਐਲੂਮੀਨੀਅਮ ਨੂੰ ਕੁੱਟ ਕੇ ਉਹਦੀਆਂ ਸ਼ੀਟਾਂ ਬਣਾਉਂਦੇ ਆ ਤੇ ਉਹਨੂੰ ਭੋਜਨ ਲਪੇਟਣ ਲਈ ਵਰਤਦੇ ਆ ਐਲੂਮੀਨੀਅਮ ਫੋਇਲ ਦੇ ਵਿੱਚ ਰੋਟੀ ਲਪੇਟਦੇ ਹੋ ਨਾ ਤੁਸੀਂ ਅਗਲਾ ਆ ਜਾਂਦਾ ਲੋਹਾ ਲੋਹੇ ਦਾ ਕੀ ਬਣਾਉਂਦੇ ਆ ਬਟੇ ਆਪਾਂ ਲੋਹੇ ਦੀਆਂ ਅਸ਼ੀਨਾ ਉਸ ਤੋਂ ਬਾਅਦ ਨਾਈਲੋਨ ਨਾਈਲੋਨ ਕਿਉਂਕਿ ਇੱਕ ਬਹੁਤ ਮਜਬੂਤ ਸਿੰਥੈਟਿਕ ਫਾਈਬਰ ਹੈ ਇਸ ਨਾਲ ਪੈਰਾਸ਼ੂਟ ਦੀਆਂ ਰस्सियां ਬਣਾਈਆਂ ਜਾਂਦੀਆਂ ਹਨ ਰਿਯੋਨ ਰਿਯੋਨ ਇੱਕ ਆਰਟੀਫੀਸ਼ੀਅਲ ਫਾਈਬਰ ਹੈ ਬਟਾ ਇਸ ਦੇ ਨਾਲ ਅਸੀਂ ਇਸ ਨੂੰ ਅਸੀਂ ਲੱਕੜ ਦੇ ਪਲਪ ਤੋਂ ਤਿਆਰ ਕਰਦੇ ਹਾਂ ਸੋ ਇਹਦਾ ਆਨਸਰ ਹੋ ਗਿਆ ਆਹਾਂ ਐਫ ਵਾਲਾ ਦੈਨ ਟੈਫਲੋਨ ਟੈਫਲੋਨ ਦੇ ਹੁੰਦੇ ਆ ਬਰਤਨ ਜਿਹੜੇ ਕਿ ਨਾਨ ਸਟਿਕ ਹੁੰਦੇ ਆ ਸੋ ਇਹਦਾ ਸਹੀ ਆਨਸਰ ਹੋ ਗਿਆ ਨਾ ਚਿਪਕਣ ਵਾਲੇ ਬਰਤਨ ਜੀਵਾ ਉੱਤਰ ਇੱਥੇ ਲਿਖ ਕੇ ਸੋ ਇਹ ਬੇਟਾ ਆਪਣੇ ਹੱਲ ਹੋ ਗਏ ਮਿਲਾਨ ਕਰੋ ਆਸ਼ਾ ਕਰਦੀ ਹਾਂ ਤੁਹਾਨੂੰ ਇੱਥੇ ਤੱਕ ਸਾਰਾ ਕੁਝ ਸਮਝ ਆ ਗਿਆ ਹੋਣਾ ਹੈ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਬੇਟਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ